ਸਤਿ ਸ਼੍ਰੀ ਅਕਾਲ ਦੋਸਤੋ, ਵੈਲਕਮ ਬੈਕ ਅਨਦਰ ਵਲੋਗ। ਅੱਜ ਦਾ ਵਲੋਗ ਕੁਝ ਖਾਸ ਹੋਣ ਵਾਲਾ ਹੈ। ਸਵੇਰ ਦਾ ਟਾਈਮ ਹੈ, ਛੇ ਵੱਜ ਚੁੱਕੇ ਹੈ, ਸੂਰਜ ਦੀਆਂ ਕਿਰਨਾਂ ਨਿਕਲੀਆਂ ਹੋਈਆਂ ਨੇ। ਹੁਣ ਜਾ ਰਹੇ ਹਾਂ ਪਹਾੜਾਂ ਦੀ ਸੈਰ ਕਰਨ। ਅੱਜ ਉਸ ਜਗ੍ਹਾ ਲੈ ਕੇ ਜਾ ਰਹੇ ਹਾਂ ਜਿੱਥੇ ਫੂਡ, ਗੇਮਸ, ਟੈਂਟ ਸਿਸਟਮ, ਝਰਨਾ, ਜਿੱਥੇ ਕਿ ਥਕਾਵਟ ਲੋਕ ਮਨਸੂਰੀ ਵਗੈਰਾ ਘੁੰਮਣ ਜਾਂਦੇ ਨੇ ਝਰਨੇ ਦੇ ਵਿੱਚ ਇੱਕ ਸਪੈਸ਼ਲ। ਬਟ ਇੱਥੇ ਇੱਕ ਪੈਕੇਜ ਮਿਲ ਜਾਂਦਾ ਹੈ ਜਿੱਥੇ ਕਿ ਤੁਹਾਨੂੰ ਇਹ ਚੀਜ਼ਾਂ ਦਾ ਆਨੰਦ ਮਾਣਨ ਨੂੰ ਮਿਲੇਗਾ। ਵੀਡੀਓ ਨੂੰ ਪੂਰੀ ਜ਼ਰੂਰ ਦੇਖਣਾ। ਲਓ ਜੀ, ਪਹੁੰਚ ਚੁੱਕੇ ਹਾਂ ਹਿਮਾਚਲ ਦੀਆਂ ਵਾਦੀਆਂ 'ਚ। ਪਹਾੜ ਦਿਖਣੇ ਸ਼ੁਰੂ ਹੋ ਚੁੱਕੇ ਹਨ ਜੋ ਕਿ ਹਿਮਾਚਲ ਸੋਲਨ ਘੁੰਮਣ ਆਉਂਦੇ ਨੇ। ਤੁਹਾਡਾ ਸਵਾਗਤ ਹੈ ਸ਼ਹਿਰ ਵਿੱਚ, ਅਤੇ ਨਾਲ ਹੀ ਸੋਹਣੀਆਂ ਪੇਂਟਿੰਗਾਂ ਦੇਖਣ ਨੂੰ ਮਿਲ ਰਹੀਆਂ ਹਨ। ਦੋਸਤੋ, ਜੇ ਤੁਸੀਂ ਪੰਜਾਬ ਤੋਂ ਆ ਰਹੇ ਹੋ ਤਾਂ ਮੈਪ ਲਗਾ ਕੇ ਆ ਸਕਦੇ ਹੋ। ਸੌਖਾ ਅਤੇ ਬਹੁਤ ਸੋਹਣਾ ਸਾਫ਼ ਰਸਤਾ ਹੈ। ਹੈਲੋ, ਇਹ ਆਪ ਦੇਖ ਰਹੇ ਹੋ ਸਕੂਲ ਦੇ ਬੱਚੇ। ਕਿੰਨੇ ਵਜੇ ਲੱਗੇਗਾ ਆਪਕਾ ਸਕੂਲ? 10 ਵਜੇ। ਛੁੱਟੀ ਕਿੰਨੇ ਵਜੇ ਹੋਗੀ? 3:30 ਵਜੇ। 3:30 ਵਜੇ ਆਪ ਯਹਾਂ ਪੇ ਟਾਈਮ ਪਾਸ ਕਰ ਰਹੇ ਹੋ? ਅਤੇ ਬੱਸ ਆਏਗੀ ਸਕੂਲ ਕੀ? ਇੱਕ ਹੋਰ ਬੱਚਾ ਆ ਗਿਆ, ਇਹ ਦੇਖੋ। ਇਹ ਕਿਆ ਦੁੱਧ ਲੈ ਕੇ ਜਾ ਰਹੇ ਹੋ ਕਿ ਲੱਸੀ? ਲੱਸੀ। ਬਾਏ ਬਾਏ। ਇਹ ਸਾਧੂ ਪੁੱਲ ਤੋਂ ਪਹਿਲਾਂ ਇੱਕ ਮੋੜ ਆਉਂਦਾ ਖੱਬੇ ਹੱਥ, ਉਹਨੂੰ ਮੁੜਨਾ ਹੁੰਦਾ ਉੱਪਰ ਚੜ੍ਹਾਈ ਚੜ੍ਹ ਕੇ। ਬਿਲਕੁਲ ਹੀ ਪਲੇਨ ਸੜਕਾਂ ਬਣੀਆਂ ਹੋਈਆਂ ਨੇ, ਨੋਰਮਲ ਰਸਤਾ ਆ। ਉਹਦੇ ਵਿੱਚ ਸਿਰਫ 500 ਮੀਟਰ ਦਾ ਜਿਹੜਾ ਰਸਤਾ ਆ ਜਾਂਦਾ ਹੈ ਉਹ ਉੱਬੜ ਖਾਬੜ ਰਸਤਾ ਆਉਂਦਾ ਹੈ, ਅਤੇ ਉੱਪਰ ਹੀ ਪਾਰਕਿੰਗ ਵਗੈਰਾ, ਤੁਸੀਂ ਆਪਣੀ ਕਾਰ ਕਰਕੇ ਨੀਚੇ ਜਾ ਸਕਦੇ ਹੋ। ਲਓ ਜੀ, ਉਹ ਪੇੜ ਤੋਂ ਆਪਾਂ ਆਉਂਦੇ ਹਾਂ ਅਤੇ ਘੁੰਮ ਕੇ ਆਪਾਂ ਇੱਥੇ ਗੱਡੀ ਪਾਰਕਿੰਗ ਕਰਦੇ ਹਾਂ। ਇਹ 5 ਤੋਂ 7 ਗੱਡੀਆਂ ਪਾਰਕਿੰਗ ਕਰ ਸਕਦੇ ਹਾਂ, ਅਤੇ ਜ਼ਿਆਦਾ ਲੋਕ ਨਹੀਂ ਆਉਂਦੇ ਕਿਉਂਕਿ ਟੈਂਟ 40-50 ਹੋਣ ਕਰਕੇ ਫਿਰ ਓਨੀਆਂ ਕਿ ਗੱਡੀਆਂ ਇੱਥੇ ਪਾਰਕਿੰਗ ਹੁੰਦੀਆਂ ਨੇ। ਅਤੇ ਆ ਸਾਹਮਣੇ ਨੀਚੇ ਜਾਣ ਨੂੰ ਰਸਤਾ ਆ, ਸਾਰਾ ਰਸਤਾ ਸਲਾਈਡ ਦਾ ਆ, ਆਪਾਂ ਸਾਰਾ ਨੀਚੇ ਜਾਂਦੇ ਹਾਂ। ਉਹ ਘੱਟੋ ਘੱਟ ਤੁਸੀਂ ਨੀਚੇ ਦੇਖ ਸਕਦੇ ਹੋ, ਉਹ ਰਸਤਾ ਆ, ਇਹ ਸਾਰਾ ਰਸਤਾ। ਉਹ ਚੱਲਦੇ ਹਾਂ ਹੁਣ ਨੀਚੇ, ਕਿਉਂਕਿ ਤੁਰਨ ਨੂੰ ਸਾਰੇ ਜਿਹੜੇ ਨੀਚੇ ਟੈਂਟ ਲੱਗੇ ਹੋਏ ਨੇ ਉਹ ਸਾਰੇ ਨੀਚੇ ਹੀ ਨੇ। ਇਹ ਬਸ ਇਹ ਹੁਣ ਤੁਸੀਂ ਤੁਰ ਕੇ ਹੀ ਜਾਣਾ ਹੈ। ਕੁਛ ਰਸਤੇ ਦੇ ਵਿੱਚ ਪੌੜੀਆਂ ਆ ਜਾਂਦੀਆਂ ਨੇ, ਕੁਛ ਇੱਦਾਂ ਦਾ ਰਸਤਾ ਆ। ਹੁਣ ਆਪਾਂ ਪੌੜੀਆਂ ਉਤਰਨੀਆਂ ਆ, ਜਿਵੇਂ ਕਿ 40-50 ਪੌੜੀਆਂ ਹੈਗੀਆਂ ਨੇ। ਆਹ ਜਿਹੜੀ ਤੁਸੀਂ ਰੱਸੀ ਦੇਖ ਰਹੇ ਹੋ, ਆਹ ਗੇਮਸ ਵਾਲੀ ਰੱਸੀ ਆ। ਇੱਥੋਂ ਦੀ ਬੰਨ ਕੇ ਜਿਹੜੀ ਉਹ ਸਲਾਈਡ ਕਰਾਉਂਦੇ ਨੇ ਉਹ ਐਂਡ ਤੱਕ ਲੈ ਕੇ ਜਾਂਦੇ ਨੇ, ਠੀਕ ਹੈ। ਇਹ ਗੇਮਸ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਦਿਖਾਵਾਂਗੇ। ਇਹ ਗੇਮਾਂ 4 ਵਜੇ ਕਰਾਉਂਦੇ ਨੇ, ਉਹ ਤੁਹਾਨੂੰ ਅੱਗੇ ਵੀਡੀਓ ਵਿੱਚ ਬਣੇ ਰਹੋ, ਉਹ ਦਿਖਾਵਾਂਗੇ ਜ਼ਰੂਰ ਸਲਾਈਡ ਕਰਕੇ ਜਦੋਂ ਕੋਈ ਵੀ ਨੀਚੇ ਆਉਂਦਾ ਆ। ਹੁਣ ਚੱਲਦੇ ਆਪਾਂ ਨੀਚੇ, ਹੋਰ ਨੀਚੇ ਦਾ ਰਸਤਾ ਆ। ਉੱਪਰੋਂ ਪਹਾੜ ਤੋਂ ਨੀਚੇ ਉਤਰਨ ਦੇ ਘੱਟੋ ਘੱਟ ਵੀ 10 ਮਿੰਟ ਲੱਗ ਜਾਂਦੇ ਆ ਤੁਹਾਨੂੰ। ਆਪਾਂ ਹੁਣ ਪਹੁੰਚ ਚੁੱਕੇ ਹਾਂ ਹੇਲ ਹਿਮਾਲਿਆ, ਅਤੇ ਇਹਦਾ ਸਾਰਾ ਵਿਊ ਤੁਹਾਨੂੰ ਸਾਰੇ ਕਮਰੇ। ਆਓ ਚੱਲਦੇ ਹਾਂ ਹੁਣ ਨੀਚੇ, ਕਿਚਨ ਵਗੈਰਾ ਜਿੰਨੇ ਵੀ ਹੈਗੇ ਨੇ ਗੇਮਸ। ਇਹ ਕਹਿੰਦੇ ਨੇ ਵੀ ਟਾਈਮ ਹੋਇਆ 1:15 ਵਜੇ, ਅਤੇ ਆਪਾਂ ਨੂੰ ਰੋਟੀ ਵਗੈਰਾ ਸ਼ੁਰੂ ਹੋ ਜਾਂਦੀ ਹੈ 1 ਤੋਂ 2, ਜਿਹਦੇ ਵਿੱਚ 3 ਜਾਂ 4 ਤਰ੍ਹਾਂ ਦੀਆਂ ਸਬਜ਼ੀਆਂ ਹੁੰਦੀਆਂ ਨੇ, ਅਤੇ ਖਾਣ ਨੂੰ ਮਿੱਠਾ ਮਿਲਦਾ ਹੁੰਦਾ। ਜੇ ਤਾਂ ਗਰਮੀ ਬਹੁਤ ਹੋਈ ਪਈ ਹੈ ਤਾਂ ਤੁਹਾਨੂੰ ਆਈਸਕ੍ਰੀਮ ਵਗੈਰਾ ਵੀ ਖਾਣ ਨੂੰ ਮਿਲ ਜਾਏਗੀ, ਅਤੇ ਉਸ ਤੋਂ ਬਾਅਦ 3 ਤੋਂ 4 ਰੈਸਟ ਕਰਨੀ ਹੁੰਦੀ ਹੈ। 4 ਵਜੇ ਆਪਾਂ ਨੂੰ ਗੇਮਸ ਕਰਾਉਂਦੇ ਨੇ। ਗੇਮ ਤੁਸੀਂ ਆਹ ਦੇਖ ਸਕਦੇ ਹੋ ਉੱਪਰ ਜਿਵੇਂ ਜਾਂਦੇ ਨੇ, ਹੈ ਨਾ। 5 ਵਜੇ ਆਪਾਂ ਨੂੰ ਸਨੈਕਸ ਮਿਲਦਾ ਆ, ਫਿਰ ਉਸ ਤੋਂ ਬਾਅਦ 6 ਤੋਂ 7 ਬੋਨਫਾਇਰ ਕਰਦੇ ਹਾਂ, ਜਾਂ ਫਿਰ 9 ਤੋਂ 10 ਬੋਨਫਾਇਰ, ਜਾਂ ਸ਼ਾਮ ਨੂੰ, ਹੈ ਨਾ। ਸੋਰੀ, ਬ੍ਰੇਕਫਾਸਟ ਤੋਂ ਬਾਅਦ ਫਿਰ ਟਰੈਕਿੰਗ 'ਤੇ ਲੈ ਕੇ ਚੱਲਦੇ ਹਾਂ। ਹੁਣ ਤੁਹਾਨੂੰ ਦਿਖਾਉਣਾ ਟੈਂਟ, ਅਤੇ ਆਓ ਚੱਲੀਏ ਹੁਣ ਟੈਂਟ ਵੱਲ। ਆਹ ਸਾਰੇ ਟੈਂਟ ਲੱਗੇ ਹੋਏ ਨੇ, ਅਤੇ ਆ ਬੈਠਣ ਨੂੰ ਜਗ੍ਹਾ ਹੁੰਦੀ ਆ, ਅਤੇ ਬੈਠਣ ਨੂੰ ਜਗ੍ਹਾ ਹੈ। ਕੁਛ ਇੱਦਾਂ ਦਾ ਵਿਊ ਹੈ, ਅਤੇ ਆ ਟੈਂਟ ਨੇ। ਇੱਧਰ ਪਹਿਲਾਂ ਕਿਚਨ ਹੁੰਦੀ ਆ, ਉਹ ਮੈਂ ਤੁਹਾਨੂੰ ਬਾਅਦ 'ਚ ਦਿਖਾਉਂਦਾ, ਪਹਿਲਾਂ ਟੈਂਟ ਆਪਾਂ ਕੰਨੀ ਚੱਲਦੇ ਹਾਂ। ਅਤੇ ਆ ਫਰੰਟ ਵਿਊ ਟੈਂਟ ਦਾ। ਬੈਠਣ ਨੂੰ ਜਗ੍ਹਾ ਕੁਛ ਇੱਦਾਂ ਦੀ ਆ, ਅਤੇ ਸਾਰਾ ਵਿਊ ਹੈ। ਬਹੁਤ ਸੋਹਣਾ ਮੌਸਮ ਹੋਇਆ ਪਿਆ, ਤੁਸੀਂ ਉੱਪਰ ਤੱਕ ਦੇਖ ਸਕਦੇ ਹੋ।
ਅਤੇ ਇੱਥੇ ਜੋ ਇਹਨਾਂ ਦੀ ਸਿਟਿੰਗ ਵਗੈਰਾ ਪਹਿਲਾਂ ਇੱਥੇ ਹੁੰਦੀ ਸੀਗੀ ਕਿਉਂਕਿ ਪਿੱਛੋਂ ਦੀ ਪਹਿਲਾਂ ਲੈ ਕੇ ਆਏ ਜਾਂਦੇ ਸੀਗੇ ਹੈ ਨਾ, ਅਤੇ ਉਹ ਰੋਡ ਖਰਾਬ ਹੋਣ ਕਰਕੇ ਫਿਰ ਇੱਥੋਂ ਦੀ ਆਹ ਸਿਟਿੰਗ ਡੈਸਕ ਹੈ ਇਹਨਾਂ ਦਾ ਬਹੁਤ ਸੋਹਣਾ ਬਣਾਇਆ ਪਿਆ। ਅਤੇ ਹੁਣ ਆਪਾਂ ਟੈਂਟ ਦਾ ਰਿਵਿਊ ਕਰਦੇ ਹਾਂ। ਟੈਂਟ ਦੇ ਰਿਵਿਊ ਦੇ ਵਿੱਚ ਤੁਹਾਨੂੰ ਬਾਹਰ ਬੈਠਣ ਨੂੰ ਜਗ੍ਹਾ ਮਿਲ ਜਾਂਦੀ ਹੈ, ਇਹ ਕੁਛ ਇੱਦਾਂ ਦਾ। ਅਤੇ ਇੱਕ ਪੂਰਾ ਬੈੱਡ, ਇੱਕ ਐਕਸਟਰਾ ਬੈੱਡ ਦਿੱਤਾ ਜਾਂਦਾ, ਨਾਲ ਗਲਾਸ ਵਗੈਰਾ ਕੈਟਲ ਅਤੇ ਤੁਸੀਂ ਦੇਖ ਸਕਦੇ ਹੋ। ਅਤੇ ਇਹ ਇਹਨਾਂ ਦਾ ਵਾਸ਼ਰੂਮ ਹੁੰਦਾ ਆ, ਅਤੇ ਵਾਸ਼ਰੂਮ ਵੀ ਬਹੁਤ ਸੋਹਣਾ ਬਣਾਇਆ ਹੋਇਆ ਇਹਨਾਂ ਨੇ, ਠੀਕ ਹੈ। ਇਹ ਸੀ ਕੁਛ ਟੈਂਟ ਦਾ ਰਿਵਿਊ। ਅਤੇ ਠਾਮ ਸ਼ਾ ਇਹ ਕੰਬਲ ਵਗੈਰਾ ਵੀ, ਕੰਬਲ ਵੀ ਦਿੱਤਾ ਹੋਇਆ ਇਹਨਾਂ ਨੇ, ਨਾਲ ਰਜਾਈ ਵੀ ਦਿੱਤੀ ਹੋਈ ਹੈ, ਅਤੇ ਤਾਂ ਕਿ ਜਿਵੇਂ ਰਾਤ ਨੂੰ ਠੰਡ ਵਗੈਰਾ ਠੰਡ ਹੋ ਜਾਂਦੀ ਹੈ ਰਾਤ ਨੂੰ, ਇਸ ਕਰਕੇ ਹੁਣ ਇਸ ਟਾਈਮ ਧੁੱਪ ਹਲਕੀ ਹਲਕੀ ਧੁੱਪ ਹੈਗੀ ਹੈ, ਅਤੇ ਤਾਂ ਕਰਕੇ ਸਾਰੇ ਬਹਿੰਦੇ ਆ। ਇਹ ਸਾਰੇ ਟੈਂਟ ਦਾ ਸੇਮ ਹੀ ਹੈਗਾ, ਇਹ ਟੈਂਟ ਦਾ ਪ੍ਰਾਈਜ਼ ਜੋ ਕਿ ਹੈਗਾ 4000 ਰੁਪਇਆ, ਤੁਹਾਨੂੰ ਮੇਕ ਮਾਈ ਟ੍ਰਿਪ 'ਤੇ 4700 ਰੁਪਇਆ ਸ਼ੋ ਕਰੇਗਾ। ਤੁਸੀਂ ਇੱਥੇ ਇਹਨਾਂ ਨੂੰ ਕਾਲ ਵੀ ਕਰ ਸਕਦੇ ਹੋ, ਜੋ ਤੁਹਾਨੂੰ 4000 ਦੇ ਵਿੱਚ ਦੇ ਦੇਣਗੇ। ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ, ਸੇਮ ਹੀ ਰੂਮ ਦਾ ਸਾਈਜ਼ ਹੁੰਦਾ। ਲੰਚ ਦੇ ਵਿੱਚ ਜਿਵੇਂ ਇਹਨਾਂ ਨੂੰ ਦੋ ਚੀਜ਼ਾਂ ਹੁੰਦੀਆਂ ਨੇ, ਅਤੇ ਦਾਲ ਹੁੰਦਾ, ਅਤੇ ਉਹ ਚੱਲਦੇ ਹਾਂ ਇਹਦੇ ਵਿੱਚ ਰਾਜਮਾ, ਪਨੀਰ, ਸੈਲਡ, ਚਾਵਲ, ਰੋਟੀ ਅਤੇ ਕੁਝ ਖਾਣ ਨੂੰ ਆਈਸਕ੍ਰੀਮ ਵਗੈਰਾ ਮਿਲੀ ਸੀ। ਆਓ ਹੁਣ ਚੱਲਦੇ ਹਾਂ। ਲਓ ਜੀ, ਟਾਈਮ ਹੋ ਚੁੱਕਿਆ ਹੈ ਹੁਣ 4। ਲੰਚ ਤੋਂ ਬਾਅਦ ਆਪਾਂ ਨੂੰ ਗੇਮਸ ਕਰਾਈਆਂ ਜਾ ਰਹੀਆਂ ਨੇ। ਇਹ ਗੇਮਸ ਆਪਾਂ ਨੂੰ ਇੱਦਾਂ ਪਾਉਣ ਨੂੰ ਦਿੱਤੀਆਂ ਜਾਂਦੀਆਂ ਨੇ ਤਾਂ ਕਿ ਆਪਣੀ ਸੇਫਟੀ ਲਈ ਪੂਰਾ ਮਾਹੌਲ ਬਣ ਸਕੇ, ਅਤੇ ਉਹਨਾਂ ਦੀ ਇੰਸਟਰਕਟਰ ਹੁੰਦੇ ਨੇ, ਪ੍ਰੋਪਰ ਗਾਈਡ ਹੁੰਦੀ ਹੈ ਜੋ ਕਿ ਆਪਾਂ ਨੂੰ ਦੱਸਦੇ ਨੇ ਕਿ ਆਪਾਂ ਇੱਦਾਂ ਟਾਈਟ ਕਰਨੀ ਆ ਅਤੇ ਇੱਦਾਂ ਸਾਰੀਆਂ ਲਗਾਉਣੀਆਂ ਨੇ। ਅਤੇ ਆਓ ਹੁਣ ਚੱਲਦੇ ਹਾਂ ਆਪਾਂ ਉੱਪਰ। ਜੋ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਇਹ ਚੀਜ਼ ਵੀ ਕਰਾਈ ਜਾਂਦੀ ਹੈ, ਅਤੇ ਪਹਾੜ ਤੋਂ ਉੱਪਰ ਚੜ੍ਹਨ ਵਾਸਤੇ ਪੌੜੀਆਂ ਬਣਾਈਆਂ ਗਈਆਂ ਨੇ ਸਿਰਫ ਗੇਮਸ ਵਾਸਤੇ, ਜੋ ਕਿ ਹਰ ਇੱਕ ਚੀਜ਼ ਦਾ ਆਨੰਦ ਮਾਣਿਆ ਜਾਂਦਾ ਇੱਥੇ ਆ ਕੇ, ਵੀ ਹਰ ਇੱਕ ਗੇਮਸ ਕਰੀ ਜਾਂਦੀ ਹੈ। ਆਓ ਹੁਣ ਚੱਲਦੇ ਹਾਂ ਆਪਾਂ ਉੱਪਰ ਜਿੱਥੋਂ ਦੀ ਵੀਡੀਓ ਸਟਾਰਟ ਕੀਤੀ ਸੀ ਆਪਾਂ। ਅਤੇ ਲੋ ਹੁਣ ਆਪਾਂ ਨੂੰ ਇਹ ਪ੍ਰੋਪਰ ਗਾਈਡ ਕਰ ਰਹੇ ਸੀਗੇ ਵੀ ਇਹ ਚੀਜ਼ ਬਣਦੇ ਆ ਪੇਟ 'ਤੇ, ਇਹ ਬਣਦੇ ਨੇ ਅਤੇ ਰੱਸੀ ਨਾਲ ਬੰਨ ਕੇ ਇੱਕ ਰੋ ਤੋਂ ਦੂਜੀ ਸਾਈਡ ਜਾਣਾ ਹੁੰਦਾ ਆ, ਜੋ ਕਿ ਤੁਸੀਂ ਵੀਡੀਓ ਦੇ ਵਿੱਚ ਦੇਖੋਗੇ। ਇਹ ਸਾਰੀਆਂ ਗੇਮਸ ਆਪਾਂ ਨੂੰ ਕਰਾਈਆਂ ਜਾਂਦੀਆਂ ਨੇ ਇੱਥੇ। ਇਹ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਕਿ ਮੈਂ ਕਿਵੇਂ ਉੱਪਰੋਂ ਦੀ ਨੀਚੇ ਆਇਆ, ਇਹ ਪਹਿਲੀ ਗੇਮ ਸੀਗੀ। ਇਸ ਤੋਂ ਬਾਅਦ ਆਪਾਂ ਨੂੰ ਇਹ ਟਾਇਰ ਵਾਲੀ ਗੇਮ ਕਰਾਈ ਜਾਂਦੀ ਹੈ, ਜੋ ਮੈਂ ਤੁਹਾਨੂੰ, ਮੈਨੂੰ ਪ੍ਰੋਪਰ ਨਾਮ ਨਹੀਂ ਪਤਾ, ਜੋ ਮੈਂ ਤੁਹਾਨੂੰ ਲਾਈਨ ਡਿਸਕ੍ਰਿਪਸ਼ਨ ਦੇ ਵਿੱਚ ਜਾਂ ਫਿਰ ਵੀਡੀਓ ਚੱਲਦੀ 'ਤੇ ਤੁਹਾਨੂੰ ਨਾਮ ਦਿਖਾ ਦੂੰਗਾ। ਇਹ ਵਾਲੀ ਗੇਮਸ ਸੈਕਿੰਡ ਨੰਬਰ 'ਤੇ ਕਰਾਈ ਜਾਂਦੀ ਹੈ ਜੋ ਤੁਸੀਂ ਦੇਖ ਰਹੇ ਹੋ। ਉਸ ਤੋਂ ਬਾਅਦ ਰੋ, ਜੋ ਇੱਕ ਰੱਸੀ 'ਤੇ ਚੱਲ ਕੇ ਆਪਾਂ ਜਾਣਾ ਹੁੰਦਾ, ਅਤੇ ਉੱਪਰ ਰੱਸੀ ਨੂੰ ਬੰਨਿਆ ਹੋਇਆ, ਆਪਾਂ ਨੂੰ ਪ੍ਰੋਪਰ ਬੰਨਿਆ ਹੋਇਆ ਆ, ਅਤੇ ਤਾਂ ਕਿ ਆਪਾਂ ਜੇ ਗਿਰ ਵੀ ਜਾਈਏ ਤਾਂ ਆਪਾਂ ਲਟਕ ਜਾਵਾਂਗੇ ਉੱਥੇ, ਕਿ ਆਪਾਂ ਨੂੰ ਕੋਈ ਚੋਟ ਵਗੈਰਾ ਸੱਟ ਵਗੈਰਾ ਨਹੀਂ ਲੱਗੇਗੀ। ਉਸ ਪਹੁੰਚਣ ਤੋਂ ਬਾਅਦ ਆਪਾਂ ਤੀਜੀ ਗੇਮ 'ਤੇ ਪਹੁੰਚੇ ਹਾਂ, ਜੋ ਕਿ ਆ ਲੋਹੇ ਦੀਆਂ ਗੋਲ ਗੋਲ, ਇਹਦੇ ਨਾਮ ਵਗੈਰਾ ਸਾਰੇ ਮੈਂ ਮੈਨਸ਼ਨ ਕਰ ਦੂੰਗਾ, ਅਤੇ ਜੋ ਆ ਕੜੇ ਜਿਹੇ ਬਣੇ ਹੋਏ ਨੇ ਗੋਲ ਗੋਲ, ਅਤੇ ਇਹਨਾਂ 'ਚ ਪੈਰ ਰੱਖ ਕੇ ਆਪਾਂ ਅੱਗੇ ਜਾਣਾ ਹੁੰਦਾ। ਇਹ ਹੈਗੀ ਹੈ ਜੀ ਚੌਥੀ ਗੇਮ। ਉਸ ਤੋਂ ਬਾਅਦ ਫਿਰ ਇੱਕ ਰੱਸੀ 'ਤੇ ਚੱਲ ਕੇ ਨੋਟ ਬਣੀਆਂ ਹੋਈਆਂ ਨੇ, ਜੋ ਕਿ ਕਹੀਆਂ ਜਾਂਦੀਆਂ ਨੇ ਕਿ ਪਹਿਲੀ ਨੋਟ ਤੋਂ ਦੂਜੀ ਨੋਟ 'ਤੇ ਪੈਰ ਰੱਖ ਕੇ ਤਕਰੀਬਨ ਇੱਕ ਬਿਲਕੁਲ ਇੱਕ ਰੱਸੀਆਂ ਦਾ ਬ੍ਰਿਜ ਬਣਾਇਆ ਗਿਆ, ਜੋ ਕਿ ਆਪਾਂ ਚੱਲ ਕੇ ਐਂਡ ਤੱਕ ਪਹੁੰਚਣਾ ਹੈ। ਤਕਰੀਬਨ 100 ਮੀਟਰ ਦਾ ਇਹ ਲੰਬਾ ਪੁਲ ਬਣਿਆ ਹੋਇਆ ਜਿਸ ਤੋਂ ਆਪਾਂ ਚੱਲ ਕੇ ਜਾਣਾ ਹੈ।
देखो गाइस, नाउ स्टेयर रो चैलेंज शुरू हो गया है। कवल जी ने कहा है 2 मिनट में पार करेंगे, 18 सेकंड अभी हुए, 19 सेकंड, 20 सेकंड, 24 सेकंड, 5, 6, 27, 28, 29, 31, 33, 35, 37, और मेरे हिसाब से 1 मिनट के अंदर अंदर ही पूरा कर देंगे ये। और आराम से वो 1 मिनट 50 सेकंड में पार कर दिया उन्होंने। ते उस तो बाद ये बिल्कुल लास्ट गेम जो कि एक लकड़ दे डंडियां ते बनी हुंदी है, लकड़ दे बालियां ते, भी उत्थों चल चल के अगे आपां जाना हुंदा है। ये डरन दी बिल्कुल लोड़ नहीं हैगी, बिल्कुल ईजीली आपां इत्थे जा सकते हैं, गेम्स कर सकते हैं। ये एक्टिविटी दा एक हिस्सा आ जो कि आपां पहाड़ां विच आनंद माणन जाने हैं। फिर भी कोई माड़ा नहीं हैगा भी जे आपां पैकेज दे विच एक नवीं चीज़ ऐड होन हुंदी है। ये सारियां तुसी देखियां सारियां गेम्स सी, ये जी तुसी सारियां देखियां, ये सारियां गेम्स सीगियां। ते किवें लगियां गेम्स? इत्थे सारियां वधिया गेम्स सीगियां। ते बाकी हुण आपां चलदे हां स्नैक्स कन्नी, टाइम हो चुके है शाम दे 5 ते करीबन, ते आओ हुण तुहानूं दिखाने आं स्नैक्स। हो गया लो जी, ये हैगा शाम दा स्नैक्स जो कि 2 तरह दे पकौड़े ने, आलू दे पकौड़े ते प्याज दे पकौड़े नाल चाह। ये बफे सिस्टम हुंदा है भी तुसी अनलिमिटेड फूड खा सकते हो। हुण हो चुकी है रात, टाइम हो चुकी है 8, जो तुसी देख सकते हो। ते हुण बॉनफायर दा टाइम हो चुका है, सारे बच्चे आनंद माण रहे ने। जिमें कि जो असी पहुँचे हाँ तो एक स्कूल का बैच आया होया है, तो सारे नू प्रॉपर गाइड भी किया जाता, तो सारे फन शन करते हैं। तुसी देख रहे हो वीडियो दे विच, क्योंकि इन्होंने गाने लगाए हुए हैं, इस करके मैं साउंड वगैरह नहीं चला सकता वीडियो दे एक्टिविटी दे, वीडियो दे एक्टिविटी दे करके। बॉनफायर की हुई है इन्होंने, आपां हाथ वगैरह सीख सकते हैं, क्योंकि टाइम हो चुके है रात दे 8:30, ते टेंपरेचर हो चुके है 20 डिग्री या 22 डिग्री। ते आओ हुण चलदे हां डिनर दे वल। जो सानू डिनर दे विच मिलिया है एक दाल ते शाही पनीर, 2 तरह दियां रोटियां जो कि नान भी दिंदे ने, मिसी रोटी भी दिंदे ने, ते सैलड भी दिंदे ने, चावल भी दिंदे ने, ठीक है। उस तो बाद डिनर तो बाद एक तुहानू मिठे विच खाण नू खीर भी दित्ती जांदी है। यही सीगा अज का व्लॉग। जे वधिया लग्या होवे तां लाइक कमेंट शेयर जरूर करियो।